ਦੇਖੋ ਲੋਕਤੰਤਰ ਦੇ ਇਤਿਹਾਸ ਦੇ ਵਿੱਚ ਅੱਜ ਬਹੁਤ ਵੱਡੀ ਮਨਭਾਗੀ ਘਟਨਾ ਜਿਹੜੀ ਘਟਣੀ ਹੈ ਕਿ ਇੱਕ ਪਬਲਿਕ ਦੇ ਚੁਣੇ ਨੁਮਾਇੰਦੇ ਨੂੰ ਰੇਤ ਮਾਫੀਆ ਨੇ ਜਿਸ ਤਰ੍ਹਾਂ ਉਹਦੀ ਪੱਗ ਲਾਈ, ਜਿਸ ਤਰ੍ਹਾਂ ਮਾਰਕੁੱਟ ਕੀਤੀ, ਜਿਸ ਤਰ੍ਹਾਂ ਜਿਹੜੇ ਗਨਮੈਨ ਸੀ ਉਹਨਾਂ ਨੂੰ ਵੀ ਮਾਰਿਆ ਕੁੱਟਿਆ ਗਿਆ ਜਿਹੜੇ ਵਰਦੀ ਸੀ। ਮੈਂ ਸਮਝਦਾ ਕਿ ਕੈਪਟਨ ਸਰਕਾਰ ਦੇ ਵਿੱਚ ਇੰਨਾ ਕੁ ਮਾਫੀਆ ਰਾਜ ਹੋ ਗਿਆ, ਗੁੰਡਾਗਰਦੀ ਦਾ ਰਾਜ ਹੋ ਗਿਆ, ਗੈਂਗਸਟਰ ਦੀ ਲੜਾਈਆਂ, ਜਗ੍ਹਾ ਜਗ੍ਹਾ 'ਤੇ ਗੋਲੀਆਂ ਚੱਲਣੀਆਂ, ਇੰਨੀ ਦਿਲ ਵਧੀ ਕਿ ਇੱਕ MLA ਦਾ ਉਹਨਾਂ ਨੂੰ ਰੱਤੀ ਭਰ ਡਰ ਨਹੀਂ ਕਿ ਇੱਕ ਚੁਣਿਆ ਨੁਮਾਇੰਦਾ ਜਿਹੜਾ ਉਹਨੂੰ ਹੱਥੀਂ ਪੈਣ, ਉਹਦੀ ਪੱਗ ਲਾਉਣ, ਉਹਨੂੰ ਮਾਰਕੁੱਟ ਕਰਨ, ਉਹਦੇ ਨਾਲ ਜਿਹੜੇ ਸੁਰੱਖਿਆ ਕਰਮੀ ਆ ਉਹਨਾਂ ਦੇ ਉੱਤੇ ਹਮਲਾ ਕਰਨ ਦਾ ਕੀ ਨਤੀਜਾ ਹੋ ਸਕਦਾ। ਇਹਦਾ ਮਤਲਬ ਵੀ ਪੰਜਾਬ ਦੇ ਵਿੱਚ ਕਿਸੇ ਨੂੰ ਹੁਣ ਕੋਈ ਭੈ ਨਹੀਂ, ਕੋਈ ਕਾਨੂੰਨ ਦਾ ਰਾਜ ਨਜ਼ਰ ਨਹੀਂ ਆਉਂਦਾ। ਅਤੇ ਮੈਂ ਇਸ ਦੀ ਕੜੇ ਸ਼ਬਦਾਂ 'ਚ ਨਿੰਦਾ ਕਰਦਾ ਅਤੇ ਮੈਂ ਸਰਕਾਰ ਨੂੰ, ਕੈਪਟਨ ਸਾਹਿਬ ਨੂੰ ਅਪੀਲ ਕਰਦਾ ਕਿ ਇਹਦੇ ਬਾਰੇ ਕੁਛ ਖਿਆਲ ਕਰੋ। ਜੇ ਇੱਕ ਨੁਮਾਇੰਦਾ ਪਬਲਿਕ ਦਾ ਜਿਹੜਾ ਸੁਰੱਖਿਆ ਕਰਮੀਆਂ ਦੇ ਨਾਲ ਆ, ਜਿਹਨੂੰ 2 ਲੱਖ ਲੋਕਾਂ ਨੇ ਚੁਣਿਆ, ਜੇ ਉਹ ਸੁਰੱਖਿਅਤ ਨਹੀਂ ਆ, ਜਿਹੜਾ ਕਿ ਇੱਕ ਲੋਕਾਂ ਦਾ ਅਹਿਮ ਮੁੱਦਾ ਉਠਾਉਣ ਜਾ ਰਿਹਾ ਵੀ ਮਾਫੀਆ ਅਤੇ ਮਾਈਨਿੰਗ ਦਾ ਜਿਹੜਾ ਮਾਫੀਆ ਉਹ ਤਾਂ ਸ਼ੁਰੂ ਤੋਂ ਹੀ ਐਕਟਿਵ ਹੈ। ਇਸੇ ਗੱਲ 'ਤੇ ਸਰਕਾਰ ਆਈ ਸੀ ਕਿ ਅਸੀਂ ਰੇਤ ਮਾਫੀਆ ਖਤਮ ਕਰਾਂਗੇ, ਅਸੀਂ ਜਿਹੜੀ ਆ ਕਿੰਨੀ ਕੁ ਸਸਤੀ। ਉਸ ਤੋਂ ਬਾਅਦ ਇਹਨਾਂ ਦਾ ਮਿਨਿਸਟਰ ਜਿਹੜਾ ਨਵਜੋਤ ਸਿੰਘ ਸਿੱਧੂ ਸੀ, ਕਿਸ ਤਰ੍ਹਾਂ ਡੀਂਗਾ ਮਾਰਦਾ ਸੀ, ਅਤੇ ਅੱਜ ਜਿਹੜਾ ਉਹ ਵੀ ਅਸਹਾਏ ਇਹ ਕਹਿ ਰਿਹਾ ਵਾ ਵੀ ਇਹ 2 ਲੱਖ ਲੋਕਾਂ ਦੀ ਪੱਗ ਲੱਥੀ ਹੈ। ਜ਼ਿੰਮੇਵਾਰੀ ਕਿਹਦੀ ਹੈ? ਕਹਿ ਤਾਂ ਦੇਣਾ 2 ਲੱਖ ਲੋਕਾਂ ਦੀ ਪੱਗ ਲੱਥੀ, ਅਤੇ ਜ਼ਿੰਮੇਵਾਰੀ ਇਹਦੀ ਆਪਣੀ ਨਹੀਂ ਨਵਜੋਤ ਸਿੰਘ ਸਿੱਧੂ ਦੀ? ਸਿਰਫ ਡੀਂਗਾ ਮਾਰਨੀਆਂ, ਇਸ ਤੋਂ ਇਲਾਵਾ ਕੁਛ ਨਹੀਂ। ਸਿਰਫ ਬਿਆਨਬਾਜ਼ੀ, ਇਸ ਤੋਂ ਇਲਾਵਾ ਕੁਛ ਨਹੀਂ। ਸਿਰਫ ਝੂਠ, ਇਸ ਤੋਂ ਇਲਾਵਾ ਇਸ ਸਰਕਾਰ ਦਾ ਕੋਈ ਅਸਤਿਤਵ ਨਹੀਂ ਆ। ਲੋਕ ਭੈ 'ਚ ਆ, ਲੋਕ ਡਰ 'ਚ ਆ, ਲੋਕ ਸਹੂਲਤਾਂ ਤੋਂ ਵਾਂਝੇ ਆ, ਲੋਕ ਤਰਾਸ ਤਰਾਸ ਕਰ ਰਹੇ ਆ ਪੰਜਾਬ ਦੇ ਵਿੱਚ ਕਿ ਕਿਸ ਤਰ੍ਹਾਂ ਇਸ ਸਰਕਾਰ ਤੋਂ ਹੁਣ ਕਦੋਂ ਛੁਟਕਾਰਾ ਹੋਊਗਾ। ਇਹ ਤਾਂ ਸਮੇਂ ਦੇ ਨਾਲ ਹੀ ਹੋਣਾ, ਪਰ ਇਹ ਆ ਕਿ ਅੱਜ ਲੋਕਾਂ ਦਾ ਜੀਣਾ ਇੱਥੇ ਦੂਬਰ ਹੋ ਗਿਆ। ਅਤੇ ਮੈਂ ਇਹ ਮੰਗ ਕਰਦਾ ਸਰਕਾਰ ਕੋਲ ਕਿ ਇਹਦੀ ਜਿੰਨੀ ਵੀ ਵੱਡੀ ਤੋਂ ਵੱਡੀ ਜੋ ਕਾਰਵਾਈ ਬਣਦੀ ਆ ਉਹ ਜਲਦੀ ਤੋਂ ਜਲਦੀ ਕਰਨੀ ਚਾਹੀਦੀ ਆ, ਤਾਂ ਕਿ ਅੱਗੇ ਤੋਂ ਕੋਈ ਇਹ ਹਿੰਮਤ ਨਾ ਕਰ ਸਕੇ। ਅਤੇ ਬਾਕੀ ਤਾਂ ਐਕਸਪੋਜ਼ ਹੋ ਗਿਆ, ਸਭ ਕੁਛ ਐਕਸਪੋਜ਼ ਹੋ ਗਿਆ ਵੀ ਕਿਸ ਤਰ੍ਹਾਂ ਮਾਈਨਿੰਗ ਨਜਾਇਜ਼ ਹੋ ਰਹੀ ਆ, ਅਤੇ ਕਿਸ ਤਰ੍ਹਾਂ ਗੁੰਡਾਗਰਦੀ ਹਾਵੀ ਆ ਉੱਤੇ, ਅਤੇ ਕਿਸ ਤਰ੍ਹਾਂ ਹਥਿਆਰਾਂ ਦੇ ਅਤੇ ਬਾਹੂਬਲੀ ਜਿਹੜੇ ਆ ਇਹ ਕੰਮ ਕਰਦੇ ਪਏ ਆ, ਅਤੇ ਲੋਕਾਂ ਦੀ ਕੋਈ ਆਵਾਜ਼ ਇੱਥੇ ਸਭ ਦਬਾਈ ਜਾ ਰਹੀ ਹੈ। ਜੇ ਪਬਲਿਕ ਨੁਮਾਇੰਦੇ ਦੀ ਦਬਾਈ ਜਾ ਰਹੀ ਹੈ ਅਤੇ ਲੋਕਾਂ ਦੀ ਤਾਂ ਕੋਈ ਆਵਾਜ਼ ਹੀ ਨਹੀਂ। ਉਹਨੂੰ ਇੱਕ ਢੰਗ ਆ ਗਿਆ ਲੋਕਾਂ ਨੂੰ ਬੇਵਕੂਫ ਬਣਾਉਣ ਦਾ। ਲੋਕਾਂ ਨੂੰ ਉਹਨੂੰ ਪਤਾ ਵਾ ਕਿਸ ਤਰ੍ਹਾਂ ਪ੍ਰਭਾਵਿਤ ਹੋ ਸੈਲੀਬ੍ਰਿਟੀ ਆ, ਉਹ TV ਉਹਨੇ ਵੇਖਿਆ ਵਾ, ਉਹਨੇ ਸਿਸਟਮ ਵੇਖਿਆ, ਉਹਨੂੰ ਤਾੜੀਆਂ ਮਰਵਾਉਣੀਆਂ ਆਉਂਦੀਆਂ ਵਾ, ਅਤੇ ਬਿਨਾਂ ਕਿਸੇ ਕੰਮ ਦੇ ਕੇ ਜਿਹੜੇ ਪਿਛਲੇ 10 ਸਾਲ MP, ਫਿਰ ਰਾਜ ਸਭਾ, ਫਿਰ ਉਹਦੀ ਘਰਵਾਲੀ ਜਿਹੜੀ ਆ ਉਹ CPS, ਉਸ ਤੋਂ ਬਾਅਦ ਆਪ 1.5 ਸਾਲ ਤੋਂ ਮਿਨਿਸਟਰ, ਕੰਮ ਕੋਈ ਨਹੀਂ, ਜੀਰੋ ਕੰਮ, ਜੀਰੋ ਦਮਗਜੇ ਜਿਹੜੇ ਦੁਨੀਆਂ ਭਰ ਦੇ, ਗੱਪਾਂ ਦੁਨੀਆਂ ਭਰ ਦੀਆਂ, ਫਰੋਡੀਆਂ ਦੁਨੀਆਂ ਭਰ ਦੀਆਂ, ਅਤੇ ਕੰਮ ਕੁਛ ਨਹੀਂ ਆ। ਇਹ ਤਾਂ ਸਾਰਾ ਲੋਕਾਂ ਨੂੰ ਪਤਾ ਲੱਗ ਗਿਆ, ਐਕਸਪੋਜ਼ ਹੋ ਗਏ, ਇਸ ਕਰਕੇ ਇਹਨਾਂ ਦਾ ਕੋਈ ਵਿਸ਼ਵਾਸ ਨਹੀਂ ਹੋਣਾ, ਕੋਈ ਵਿਸ਼ਵਾਸ ਨਹੀਂ। ਹੱਦ ਹੋ ਗਈ ਵੈ, ਸਮਝੋ ਬਾਹਰ ਆ ਵੀ ਬਣੂ ਕੀ ਲੋਕਾਂ ਦਾ ਕੀ ਬਣੂ। ਆਪਣਾ ਅਸਾਲਟਾਂ ਵਾਲੇ ਨਾਲ ਆ, ਕੋਈ ਉਹਨਾਂ ਨੂੰ ਡਰ ਨਹੀਂ, ਉਹ ਖਾਲੀ ਹੱਥ ਹੈ, ਖਾਲੀ ਹੱਥ ਪਾਉਂਦੇ ਆ, ਨਾ ਕੋਈ ਗੱਲ ਨਹੀਂ। ਮਤਲਬ ਇਹ ਆ ਵੀ ਹੁਣ ਰੱਬ ਹੀ ਰੱਖਾ ਪੰਜਾਬ ਦਾ। ਚਲੋ ਠੀਕ।